ਆ ਗਿਆ ਬਾਈ ਜੀ ਪਿਸਤੌਲ ਲੈ ਕੇ ਮੈਨੂੰ ਗੋਲੀ ਮਾਰਨ ਆਇਆ ਤੇ ਫਤਿਹ ਕਰ ਰਿਹਾ ਗਨ ਲੋਡ। ਉਹ ਨਾ ਭਰਾ ਮੈਨੂੰ ਨਾ ਗੋਲੀ ਮਾਰੀ, ਨਾ ਨਾ ਸੱਜਣਾ, ਉਹ ਨਾ ਭਰਾਵਾ, ਉਹ ਵੱਜ ਨੀ ਭਰਾਵਾ, ਖਾਲੀ ਵੀ ਚੱਲ ਜਾਂਦੀ ਹੈ ਕਈ ਵਾਰ। ਤੇ ਫਤਿਹ ਗੋਲੀ ਮਾਰਨ ਆਇਆ, ਦੇਖੋ ਆ ਦੋਨੋਂ ਜਣੇ ਪਿਸਤੌਲ ਲੈ ਕੇ ਤੇ ਟੌਰ ਬਣਾਈ ਫਿਰਦੇ ਆ 50 ਰੁਪਏ ਦੀ, ਤੇ ਲੋਡ ਕਰ ਰਿਹਾ ਪੂਰਾ ਮੁੰਡਾ ਹੁਣ ਪਿਸਤੌਲ ਨੂੰ ਤੇ ਗੋਲੀਆਂ ਪਾ ਰਿਹਾ। ਉਹ ਨਾ ਮਾਰੀ ਆ, ਨਾ ਮਾਰੀ, ਨਾ ਮਾਰੀ ਆ, ਨਾ ਮਾਰੀ, ਉਹ ਭਰਾਵਾ ਖਾਲੀ ਚੱਲ ਜਾਂਦੀ ਆ ਕਈ ਵਾਰ, ਨਾ ਮਾਰੀ ਭਰਾਵਾ ਗੋਲੀ, ਉਹ ਨਾ ਭਰਾਵਾ ਮੇਰੇ ਛੋਟੇ ਛੋਟੇ ਬੱਚੇ ਨੇ, ਉਹ ਨਾ ਭਰਾਵਾ ਨਾ ਮਾਰੀ ਗੋਲੀ, ਉਹ ਨਾ ਭਰਾਵਾ ਇੱਕ ਅੱਧੀ ਗੋਲੀ ਮੇਰੇ ਕੰਨ ਚ ਵੱਜ ਗਈ ਤੇ ਮੇਰੇ ਕੰਨ ਵਾਲਾ ਕੰਮ ਤਾਂ ਖਰਾਬ ਆ ਗਏ। ਸ਼ੁਰੂ ਕਰਤਾ ਹੈ ਤੇ ਗਾਈ ਤੁਸੀਂ ਦੇ ਸਕਦੇ ਹੋ ਅਨਮੋਲ ਤੇ ਫਤਿਹ ਲੈ ਅੱਜ ਗਿਆ ਸੀ ਮੇਲੇ ਤੇ, ਮੇਲੇ ਤੋਂ ਲਿਆ ਪਿਸਤੌਲ ਤੇ ਫਤਿਹ ਚਲਾ ਰਿਹਾ ਗੋਲੀਆਂ ਤੇ ਇੱਧਰ ਮੋਲ ਦੇਖ ਰਹੀ ਟੀ ਵੀ। ਇੱਧਰ ਤੇਰਾ ਕੀ ਨਾਮ ਹੈ? ਹਾਂ ਤਨਿਸ਼, ਇਹਦਾ ਵਿੱਚ ਇਹਨੇ ਵੀ ਚੈਨਲ ਬਣਾ ਲਿਆ, ਕੀ ਨਾਂ ਰੱਖੇ ਚੈਨਲ ਦਾ? ਵੀਡੀਓ ਪਈ ਕਿ ਨਹੀਂ? ਕੀ ਪਾਇਆ ਜੀ? ਤੇ ਗਾਈਸ ਚੈਨਲ ਇਹਨੇ ਬਣਾ ਚੁੱਕਿਆ ਤੇ ਇਹਦੇ ਚੈਨਲ ਦਾ ਆਪਾਂ ਤੁਹਾਨੂੰ ਨਾਮ ਦੱਸਾਂਗੇ ਕੀ ਰੱਖਿਆ। ਤੇ ਇੱਧਰ ਆਪਣੇ ਅਨਮੋਲ ਟੀ ਵੀ ਦੇਖ ਰਹੀ ਹੈ, ਆਹ ਦੇਖੋ ਤੇ ਆਹ ਫਤਿਹ ਚਲਾ ਰਿਹਾ ਪਿਸਤੌਲ ਹੈਗਾ ਇਹਦਾ ਖਰਾਬ। ਵਲੋਗ ਆਪਾਂ ਸ਼ੁਰੂ ਕਰਤਾ ਤੇ ਤੁਸੀਂ ਦੇਖ ਸਕਦੇ ਹੋ ਫਤਿਹ ਕੀ ਦੇਖ ਰਿਹਾ, ਇੱਧਰ ਇਹਦਾ ਮੂੰਹ ਦੇਖੋ ਆਹ ਕੀ ਕਰ ਰਿਹਾ, ਫਤਿਹ ਬੰਬ ਚੀਜ਼ਾਂ ਦੇਖ ਰਿਹਾ, ਬੰਬ ਫਤਿਹ ਸੱਪ ਦੇਖ ਰਿਹਾ, ਉਹ ਦੇਖੋ ਗਾਈਸ ਸੱਪ। ਤੇ ਫਤਿਹ ਬਹੁਤ ਟੀ ਵੀ ਦੇਖਦਾ ਗਾਈਸ, ਬਹੁਤ ਜ਼ਿਆਦਾ ਟੀ ਵੀ ਦੇਖਦਾ ਮੁੰਡਾ ਆ। ਸਕੂਲ ਨਹੀਂ ਜਾਣਾ? ਕਿੰਨੇ ਵਜੇ ਜਾਣਾ? ਅੱਛਾ ਤੋ ਗਾਈਜ ਆਪਣਾ ਸਮਾਨ ਸਾਰਾ ਰੈਡੀ ਹੋ ਚੁੱਕਿਆ, ਗਾਜਰ ਤੋਲੀ ਆ ਆਪਾਂ ਅਤੇ ਕਿੰਨੂ ਅਤੇ ਆਵਲਾ ਅਤੇ ਚੁਕੰਦਰ ਵੀ ਆਪਾਂ ਸਾਫ਼ ਕਰ ਲਿਆ ਅਤੇ ਕਟਿੰਗ ਕਰ ਲਈ ਅਤੇ ਇੱਧਰ ਨਾਰ ਵੀ ਆਪਾਂ ਕੱਢ ਕੇ ਰੱਖ ਲਿਆ। ਅਤੇ ਆਪਾਂ ਹੁਣ ਬਣਾਉਂਦੇ ਹਾਂ ਗਾਈ ਜੂਸ, ਅਤੇ ਜੂਸ ਬਣਾਉਂਦੇ ਹਾਂ ਆਪਾਂ। ਗਾਈ ਤੁਸੀਂ ਦੇਖ ਸਕਦੇ ਹੋ 9 ਵੱਜ ਗਏ ਨੇ ਅਤੇ ਆਹ ਦੇਖ ਲਓ ਅਜੇ ਸੁੱਤੇ ਪੈਣੇ, ਸਕੂਲ ਇੰਨਾ ਸਵਾਹ ਜਾਣਾ, ਸੁੱਤੇ ਪੈਣ, ਸਾਰੀ ਰਾਤ ਸੌਂ ਸੌਂ ਕੇ ਰੱਜਦੇ ਹੀ ਨਹੀਂ ਇਹ ਆ। ਗਾਈ ਦੇਖ ਸਕਦੇ ਤੁਸੀਂ ਅਨਮੋਲ ਆ, ਸਕੂਲ ਚੱਲੀ ਆ, ਛੁੱਟੀ ਨਹੀਂ ਹੈਗੀ ਤੈਨੂੰ ਹੈਂ? ਇੱਧਰ ਲਓ ਜੀ ਫਤਿਹ ਸਿੰਘ ਵੀ ਸੁੱਤਾ ਪਿਆ, ਪਤਾ ਨਹੀਂ ਆ ਛੁੱਟੀ ਆ ਇਹਨੂੰ ਮੈਨੂੰ ਲੱਗਦਾ। ਓਏ ਛੁੱਟੀ ਆ, ਸਕੂਲ ਜਾਣਾ ਨਹੀਂ ਫਤਿਹ? ਇੱਧਰ ਮੂੰਹ ਕਰ ਫਿਰ, ਇੱਧਰ ਗੱਲ, ਇੱਧਰ ਬੋਲ, ਇੱਧਰ ਮੂੰਹ ਕਰ ਕੇ, ਜਾਣਾ ਅੱਜ ਤੇ ਫਿਰ ਸੁੱਤਾ ਹੈ ਤੇ ਸੁੱਤਾ ਕਿਉਂ ਪਿਆ ਫਿਰ, ਜਾ ਉੱਠ, 9 ਵੱਜ ਗਏ ਨੇ। ਤੇ ਕਾਜ ਫਤਿਹ ਵੀ ਮਸਤੀ ਮਾਣ ਲਿਆ, ਸੌ ਰਿਹਾ, ਇੰਜੋਏ ਕਰ ਰਿਹਾ ਮੁੰਡਾ, ਦੇਖ ਲਓ ਫਨ, ਪੂਰਾ ਫਨ ਕਰ ਰਿਹਾ ਹੈ। ਆਪਕਾ ਬਾਪ।
ਕਰਕੇ ਉੱਪਰ ਛੋਲ ਪਾ ਕੇ ਤੇ ਫੋਨ ਦੇਖ ਰਹੀ ਹੈ ਕੁੜੀ। ਆਹ ਦੇਖ ਲਓ, ਆਹ ਅੱਜ ਕੱਲ੍ਹ ਦੇ ਬੱਚਿਆਂ ਦਾ ਹਾਲ ਦੇਖ ਲਓ, ਇਹਨਾਂ ਦਾ ਕੀ ਬਣੇਗਾ ਇਹਨਾਂ ਦਾ ਫੋਨ, ਆਹ ਦੇਖ ਲਓ।